साध संगत जी पूरा एकाग्रता वास्ते रसना की पवित्रता वास्ते सारे गज बज के आखो जी वाहिगुरु जी का खालसा वाहिगुरु जी की फतेह। जिसनों बख्श लहे मेरे प्यारे संगते बोलो सो जस तेरा। Those people that have the blessings upon them, जिदे उत्ते गुरु नानक त्रुट पे ओही गुण गा सकदे ने आखो सतनाम। That individual that has the kirpa, the blessing of Vaheguru, can only sing Vaheguru name. Neta bade log padde ne, badi duniya phirdi aa, par gurmukho je ajj itthe baithe aa, kirpa guru ne kiti aa, tai sangat vich aaye aa. There's a blessing upon you that you're sitting in the presence of Guru Granth Sahib Maharaj. Te naam vi naal naal japde aa, fir gurmukho kal main beenti kiti si ke baba Nand Singh Mahapurkh hoye Nanak Sar wale ਉਹ ਬਚਨ ਕਰਿਆ ਕਰਦੇ ਸੀ ਜੇ ਇੱਕ ਵਾਰੀ ਵਾਹਿਗੁਰੂ ਕਹੀਏ ਫਿਰ ਸਹੀ ਵਾਹਿਗੁਰੂ ਵਾਂਸ ਅਨ ਮਨ ਕਰੇ ਔਰ ਸੰਗਤ ਵਿੱਚ ਬੈਠੇ ਹੋਣਗੇ ਕਿ ਵਾਹਿਗੁਰੂ ਜਪੀ ਚੱਲੀਏ ਜਪੀ ਚੱਲੀਏ। ਜੇ ਇੱਕ ਵਾਰੀ ਵਾਹਿਗੁਰੂ ਕਹੀਏ ਫਿਰ ਸਹੀ ਵਾਹਿਗੁਰੂ ਵਾਂਸ ਅਨ ਦਿਲ ਕਰੇ ਕਿ ਮੈਂ ਇੱਕ ਹੋਰ ਵਾਰੀ ਵਾਹਿਗੁਰੂ ਆਖਾਂ ਉਹ ਸਮਝ ਲਾ ਗੁਰੂ ਨਾਨਕ ਤੇਰੇ ਤੇ ਤਰੁੱਟ ਪਿਆ। ਬਾਬਾ ਨੰਦ ਸਿੰਘ ਮਹਾਂਪੁਰਖਾਂ ਦਾ ਬਚਨ ਇਫ ਯੂ ਸੇ ਵਾਹਿਗੁਰੂ ਵਾਂਸ ਆਮ ਫਰਮ ਇਨਸਾਈਡ ਯੂ ਫੀਲ ਲਾਈਕ ਸੇਇੰਗ ਵਾਹਿਗੁਰੂ ਅਗੇਨ ਤੇ ਸਮਝ ਲਾ ਗੁਰੂ ਨਾਨਕ ਦੀ ਖੁਸ਼ੀ ਹੈ। ਸਮਝ ਲਾ ਦਾ ਗੁਰੂ ਮਹਾਰਾਜ ਇਜ਼ ਹੈਪੀ ਵਿਦ ਯੂ। ਇਤਿਹਾਸ ਵਿੱਚ ਆਪਾਂ ਸਾਰੇ ਜਾਣੂ ਆ ਵੀ ਉਹ ਹੈ ਬਾਬਾ ਦੀਪ ਸਿੰਘ ਜੀ ਨਾ ਵੀ ਨਿੱਕੇ ਨਿੱਕੇ ਬੱਚੇ ਨੂੰ ਪੁੱਛ ਲਓ ਬਾਬਾ ਦੀਪ ਸਿੰਘ ਜੀ ਕੌਣ ਉਹ ਦੱਸਣਗੇ ਕਿ ਉਹੀ ਆ ਦਾ ਇਜ਼ ਦ ਵਨ ਉਹੀ ਆ ਬਾਬਾ ਦੀਪ ਸਿੰਘ ਕਿਹੜੇ ਜਦੋਂ ਸ਼ਹੀਦੀ ਪਾਈ ਸੀ ਇੱਕ ਹੱਥ ਵਿੱਚ ਸੀਸ ਦੂਸਰੇ ਹੱਥ ਵਿੱਚ ਖੰਡਾ ਉਹੀ ਬਾਬਾ ਦੀਪ ਸਿੰਘ ਜੀ। ਗੁਰਮੁਖੋ ਵੇਖੋ ਬਾਬਾ ਜੀ ਦਾ ਜੀਵਨ ਪੜ੍ਹ ਕੇ ਬਾਬਾ ਦੀਪ ਸਿੰਘ ਜੀ ਦੇ ਜੀਵਨ ਵਿੱਚ ਇੱਕ ਗੱਲ ਆਉਂਦੀ ਆ ਗੁਰਸਿੱਖਾਂ ਨੇ ਸਾਨੂੰ ਦੱਸੀ ਕਿ ਵਨ ਟਾਈਮ ਬਾਬਾ ਦੀਪ ਸਿੰਘ ਜੀ ਸਰਬ ਲੋਹ ਦੇ ਭਾਂਡੇ ਹੁੰਦੇ ਸੀ ਲੋਹੇ ਦੇ ਬਰਤਨ ਆਇਰਨ ਬਾਊਲਸ ਲੰਗਰਾਂ ਵਿੱਚ ਬਾਬਾ ਜੀ ਆਪ ਖੁਦ ਸੇਵਾ ਕਰ ਰਹੇ ਸੀ। ਵੇਖੋ ਕਿੰਨੀ ਪਦਵੀ ਆ ਸਿੱਖ ਬਾਬਾ ਜੀ ਵੀ ਆਖਦੇ ਨੇ ਪਰ ਖੁਦ ਲੰਗਰਾਂ ਵਿੱਚ ਖੁਦ ਸੇਵਾ ਕਰਦੇ ਸੀਗੇ ਬਾਬਾ ਇੰਨੀ ਨਿਮਰਤਾ ਵੇਖੋ। ਗੁਰਮੁਖੋ ਬੜੀ ਵਾਰ ਵੇਖਣ 'ਚ ਆਉਂਦਾ ਇਤਿਹਾਸ ਵਿੱਚ ਕਿ ਜੇ ਬਖਸ਼ਿਸ਼ਾਂ ਹੋਈਆਂ ਨੇ ਉਹ ਗੁਰਸਿੱਖਾਂ ਨੇ ਕਦੇ ਆਪਣੀ ਸੇਵਾ ਨਹੀਂ ਛੱਡੀ ਕਿਉਂ ਉਹ ਬਾਜਾਂ ਵਾਲੇ ਆ ਇਹਨਾਂ ਵਿੱਚੋਂ ਹੀ ਬਖਸ਼ਿਸ਼ਾਂ ਹੋਈਆਂ ਨੇ ਕਿਉਂ ਛੱਡੀਏ। ਇਫ ਯੂ ਬੀਨ ਬਲੈਸਡ ਵਿਦ ਐਨੀਥਿੰਗ ਇਨ ਲਾਈਫ ਕੋਈ ਬਰਤਨ ਮਾਂਜਦਾ ਹੋਊਗਾ ਬਰਤਨ ਮਾਂਜਦਾ ਮਾਂਜਦਾ ਮਹਾਰਾਜ ਇੰਨੀ ਕਿਰਪਾ ਕਰਦੀ ਆ ਹੁਣ ਬਰਤਨ ਨਹੀਂ ਮਾਂਜਦਾ। ਇੱਕ ਟਾਈਮ ਸੀ ਰੋਜ਼ ਝਾੜੂ ਲਾਇਆ ਕਰਦਾ ਸੀ ਗੁਰਦੁਆਰੇ ਈਸਟ ਕੌਮ ਦੇ ਗੁਰਦੁਆਰਾ ਐਂਡ ਜਸਟ ਦ ਫਲੋਰਸ ਮਿੱਟੀ ਘੱਟਾ ਚੁੱਕਦਾ ਹੁੰਦਾ ਸੀਗਾ ਝਾੜੂ ਲਾਉਂਦਾ ਸੀ ਪਰ ਮਹਾਰਾਜ ਨੇ ਸੇਵਾ ਨੂੰ ਫਲ ਲਾਇਆ ਉਹੀ ਉਹ ਸੇਵਾ ਛੱਡ ਗਿਆ। ਪਰ ਗੁਰਮੁਖੋ ਬੜੀ ਵਾਰ ਆਖੀਦਾ ਕਿ ਦਾਤ ਪਿਆਰੀ ਵਿਸਰਿਆ ਸੰਗਤੇ ਬੋਲੋ ਦਾਤ ਪਿਆਰੀ ਵਿਸਰਿਆ ਦਾਤਾ। ਇਹ ਹਾਲ ਨਾ ਹੋਵੇ ਕਿ ਦਾਤਾ ਮੰਗਦੇ ਰਹੇ ਅ ਹੋਲ ਲਾਈਫ ਟੂ ਸਪੈਂਡ ਮਹਾਰਾਜ ਆ ਦਾਤ ਬਖਸ਼ ਦਿਓ ਐਂਡ ਵੈਨ ਵੀ ਰਿਸੀਵ ਦੇ ਵੀ ਫੋਰਗਟ ਦ ਪਰਸਨ ਦੈਟ ਗੇਵ ਇਟ ਅਸ। ਉਹ ਤਾਂ ਥੱਕਦਾ ਨਹੀਂ ਦਿੰਦਾ ਦੇ ਲੈਂਦੇ ਥੱਕ ਪਾਏ ਆਪਾਂ ਥੱਕ ਜੂਗੇ ਵੀ ਗੈਟ ਟਾਇਰਡ ਆਫ ਰਿਸੀਵਿੰਗ ਫਰੋਮ ਵਾਹਿਗੁਰੂ। ਉਹ ਨਹੀਂ ਥੱਕਦਾ ਉਹਨੇ ਤਾਂ ਦੇ ਹੀ ਜਾਣਾ ਪਰ ਕਦੇ ਧੰਨਵਾਦ ਵੀ ਇਹ ਕੀਤਾ ਕਦੇ ਆਪਾਂ ਥੈਂਕਡ ਹਿਮ। ਇੱਦਾਂ ਦੇ ਨੇ ਦੁਨੀਆ ਵਿੱਚ ਲੋਕ ਜਿਹੜੇ ਰਾਤ ਨੂੰ ਸੜਕਾਂ ਤੇ ਪੈਂਦੇ ਆ there's people out there in the world but you see people like that in the world that sleep on the roads that don't know what prasada milya raat nu milna ke nahi raat nu prasada chakya they eat the food at night they don't know if they're going to get food again tomorrow or not koi pata nahi par sanu fridge freezer khol lo jinne marzi padarth chhad lo jal there's people in africa who want sea ਉਹਨਾਂ ਨੂੰ ਪਤਾ ਨਹੀਂ ਕਿੰਨੇ ਕਿਲੋਮੀਟਰ ਤੁਰ ਕੇ ਜਾ ਕੇ ਨਲਕੇ ਤੋਂ ਪਾਣੀ ਲੈ ਕੇ ਆਉਣਾ ਪੈਂਦਾ ਉਹ ਸਤਿਗੁਰੂ ਸਾਡੇ ਤੇ ਇੰਨੀ ਕਿਰਪਾ ਸਵੇਰ ਨੂੰ ਉੱਠ ਕੇ ਆਪਾਂ ਟੁੱਟੀ ਤੋਂ ਪਾਣੀ ਆਪਾਂ ਜਿੰਨਾ ਮਰਜ਼ੀ ਵਰਤ ਸਕਦੇ ਹਾਂ when we have a shower we can use as much water as we want we don't need to walk so many kilometers to our bedroom shower ਅੱਜ ਕੱਲ੍ਹ ਤਾਂ ਇੰਨੀ ਕਿਰਪਾ ਅੱਜ ਕੱਲ੍ਹ ਅਨਸਵੀਟ ਵੀ ਬਣ ਗਏ ਨੇ ਬੈਡਰੂਮ ਤੋਂ ਬਾਹਰ ਹੀ ਨਹੀਂ ਨਿਕਲਣਾ ਪੈਂਦਾ ਬੈਡਰੂਮ ਵਿੱਚ ਹੀ ਬਾਥਰੂਮ ਇਹ ਸਭ ਦੇਣ ਬਾਜਾਂ ਵਾਲੇ ਨੇ। ਲੋਕੀ ਬੜਾ ਸੋਚਦੇ ਹੋਣਗੇ ਹਰ ਕੋਈ ਸਹੀ ਦਾ ਦਿਸ ਇਜ਼ ਓ ਬਿਕੋਜ਼ ਆਫ ਗੁਰੂ ਗੋਬਿੰਦ ਸਿੰਘ ਪਰ ਸਿੱਖਾ ਜੇ ਤੂੰ ਅੱਜ ਮਖਮਲ ਦੀਆਂ ਰਜਾਈਆਂ ਤੇ ਪੈ ਰਿਹਾ ਇਹ ਸਭ ਦੇਣ ਵਾਜਾਂ ਵਾਲੇ ਦੀ
बाकी जो मर्जी कहन गोरे कहनगे ना एक तो हो सकती गुरु गोबिंद सिंह की कृपा People may be saying here, saying, how can he say that this is Bakshish of Guru Gobind Singh Ji? There's so many people out there that have own suites. There's so many people out there that have big houses. Par sikha tu hamesha uth ke apni rasna de naal aakhya kar ki dhan Guru Gobind Singh Sahib. Phir aakho dhan Guru Gobind Singh Sahib. Kya? Oh, bajan wale ak thor jaiya chup rehna si. Where would I be sleeping in these beds? I go sleep at night. ਅੱਠ ਘੰਟਿਆਂ ਦੀ ਮੈਂ ਨੀਂਦ ਲਾ ਕੇ ਉੱਠਦਾ ਉਹ ਵਾਜਾਂ ਵਾਲੇ ਆ ਬਿੱਟਾਂ ਕਿੱਥੋਂ ਆਉਣੀਆਂ ਸੀ Where was I gonna be having these beds? ਜੇ ਆਪ ਖੁਦ ਨਾ ਕੰਡੇ ਦੀਆਂ ਸੇਜਾਂ ਤੇ ਪੈਂਦੇ You slept on those thorn bushes. ਤਾਂ ਮੈਂ ਅੱਜ ਮਖਮਲ ਦੀਆਂ ਰਜਾਈਆਂ ਤੇ ਸੌ ਰਿਹਾ ਕਦੇ ਸੋਚਿਆ ਨਾ ਭਾਈ 9 ਵਜ ਗਏ ਨੇ ਕੰਮ ਤੇ ਜਾਣਾ ਅੱਖੋ ਸੱਤ ਮਹਾਂ ਉੱਠੋ ਉੱਠੋ ਕਦੇ ਘੜੀ ਟਾਈਮ ਕੱਢੀ ਹੈ ਆਪਾਂ ਗੁਰੂ ਵਾਸਤੇ ਫਿਰ ਕਹਿੰਦੇ ਆ ਸੁੱਖ ਨਹੀਂ ਹੈ ਘਰ ਵਿੱਚ ਬੜਾ ਕਲੇਸ਼ ਆ ਪਰ ਬੜੀ ਵਾਰ ਆਖਿਆ ਗੁਰਮੁਖੋ ਕਿ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਹੁਣ ਲੋਕੀ ਆਖਦੇ ਹੋਣਗੇ People may be saying, there's another question that comes across. Okay, hang on one minute. ਧੁਰ ਕੀ ਬਾਣੀ ਆਈ ਜੇ ਬਾਣੀ ਤੋਂ ਹੋ ਆਈ ਆ ਪਰ ਗੁਰਬਾਣੀ ਸਹੀਜ ਕਿ ਜਿਹੜਾ ਪੜੂਗਾ ਉਹਦੇ ਚਿੰਤਾਵਾਂ ਵੀ ਦੂਰ ਹੋਣਗੀਆਂ Hang on one minute. I did it through my PDA. I still got stress. I still got tension on my head. ਜਿੰਨੀਆਂ ਮੇਰੇ ਕੋਲ ਟੈਨਸ਼ਨ ਆਈਆਂ ਹੋਰ ਕੋਲ ਕੋਈ ਹੋਣੀਆਂ ਹੀ ਨਹੀਂ ਹੈ ਮੈਂ ਸਵੇਰ ਉੱਠ ਕੇ ਸੁਖਮਨੀ ਸਾਹਿਬ ਦਾ ਪਾਠ ਕਰਦੀ ਹਾਂ ਪਰ ਗੁਰਮੁਖੋ ਆਪਾਂ ਪੜ੍ਹਦੇ ਹੋਵਾਂਗੇ ਪਰ ਅਸਰ ਨਹੀਂ ਕੀਤਾ ਪੜ੍ਹੀ ਤਾਂ ਸਾਰੇ ਜਾ ਰਹੇ ਨੇ ਗੋਰੇ ਆਖਦੇ ਨੇ ਕ੍ਰਿਸਚੀਅਨ ਸਹੀ ਕਿ ਸਟੈਡ ਆਫ ਪ੍ਰੇਇੰਗ ਵਾਈ ਡੋਂਟ ਯੂ ਲਿਵ ਅ ਪ੍ਰੇਅਰ ਇਨਸਟੈਡ ਆਫ ਪ੍ਰੇਇੰਗ ਵਾਈ ਡੋਂਟ ਯੂ ਲਿਵ ਅ ਪ੍ਰੇਅਰ ਆਪਾਂ ਕੀ ਕਰਦੇ ਆ ਬਾਣੀ ਪੜ੍ਹੀ ਜਾ ਰਹੇ ਆ ਪੜਾਂਗੇ ਤਾਂ ਹੀ ਸਿੱਖਿਆ ਮਿਲੂਗੀ ਪਰ ਇਦਾਂ ਨਾ ਹੋਵੇ ਕਿ 40 ਸਾਲਾਂ ਦੇ ਹੋ ਗਏ ਆ ਬਾਣੀ ਪੜ੍ਹੀ ਗਏ ਪਰ ਅਸਰ ਨਹੀਂ ਕੀਤਾ ਇਨਸਟੈਡ ਆਫ ਪ੍ਰੇਇੰਗ ਵਾਈ ਡੋਂਟ ਯੂ ਲਿਵ ਗੁਰਬਾਣੀ ਵਾਈ ਡੋਂਟ ਯੂ ਵੋਕ ਗੁਰਬਾਣੀ ਵਾਈ ਡੋਂਟ ਯੂ ਥੋਕ ਗੁਰਬਾਣੀ ਵਾਈ ਡੋਂਟ ਯੂ ਸਲੀਪ ਗੁਰਬਾਣੀ ਰਾਤ ਨੂੰ ਸੌਂਦਾ ਵੀ ਸਿਮਰਨ ਕਰਦਾ ਸੌਵੇਂ ਕਿ ਸਾਰੀ ਰਾਤ ਵੀ ਆਨੰਦ ਬਣੀ ਰਹੇ ਗੁਰਸਿੱਖ ਹੈ ਇਦਾਂ ਦੇ ਗੁਰਸਿੱਖ ਸਹੀ ਆਫਟਰ ਡੂਇੰਗ ਕੀਰਤਨ ਸੋਹਿਲਾ ਰਾਤ ਨੂੰ ਜਦੋਂ ਕੀਰਤਨ ਸੋਹਿਲਾ ਆਪਾਂ ਪੜ੍ਹਦੇ ਹਾਂ ਸੌਣ ਤੋਂ ਪਹਿਲਾਂ ਕੀਰਤਨ ਸੋਹਿਲਾ ਕਰਕੇ ਜਦੋਂ ਲੰਮੇ ਪਏ ਹੋਵਾਂਗੇ ਔਨ ਯੋਰ ਬੈਡ ਵੈਨ ਯੂ ਲਾਈਂਗ ਫਲੈਟ ਔਨ ਯੋਰ ਬੈਡ ਸਵਾਸਾਂ ਦੇ ਨਾਲ ਵਾਹਿਗੁਰੂ ਕਰੀ ਚੱਲ ਵਾਹਿਗੁਰੂ ਕਰਦਾ 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 ਅੱਜ ਰੋਂਦੇ ਆ ਕਿ ਨੀਂਦ ਨਹੀਂ ਆਉਂਦੀ ਉਹ ਸਿਮਰਨ ਕਰਕੇ ਸੌਂ ਕਹਿਣਾ ਕਿ ਅੱਜ ਇਦਾਂ ਦੀ ਨੀਂਦ ਕਦੇ ਆਈ ਨਹੀਂ ਜਿਵੇਂ ਅੱਜ ਨੀਂਦ ਆਈ ਆ ਇਦਾਂ ਦੀ ਕਦੇ ਨੀਂਦ ਨਹੀਂ ਮਹਿਸੂਸ ਹੋਈ ਸਨ ਅਸਰ ਸਵਾਲਾ ਕਾਈ ਮੈਂ ਬੇਨਤੀ ਕਰ ਰਿਹਾ ਸੀ ਗੁਰਮੁਖੋ ਰਹੀਏ ਵਿਚਾਰ ਚ ਕਿ ਸਵੇਰ ਨੂੰ ਉੱਠ ਕੇ ਯੂ ਵੀ ਹੈਵ ਅ ਸੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਥੈਂਕ ਯੂ ਫਾਰ ਐਵਰੀਥਿੰਗ ਇਫ ਇਟ ਵਾਸਨਟ ਫਾਰ ਯੂ ਅੱਜ ਮੈਂ ਪਤਾ ਨਹੀਂ ਕਿੱਥੇ ਹੋਣਾ ਸੀ ਅੱਜ ਮੈਨੂੰ ਮਖਮਲ ਦੀਆਂ ਰਜਾਈਆਂ ਨੇ ਵਾਈ ਕਿ ਜੀ ਸਲੈਕਟ ਹੁੰਦਾ ਇਸ ਕੌਣ ਬੁਸ਼ੇਸ ਔਰ ਗੁਰੂ ਗੋਬਿੰਦ ਸਿੰਘ ਮੈਂ ਸਵੇਰ ਨੂੰ ਉੱਠਦਾ ਮੇਰਾ ਪੁੱਤ ਭੱਜਿਆ ਆਉਂਦਾ ਜੱਫਾ ਪਾਉਣ ਵਾਸਤੇ ਉਹ ਜਾ ਜੀ ਭੋਗਣਾ ਮਾਤਾ ਜੀ ਉੱਠ ਖੜੀ ਆ ਉਹ ਕਲਗੀਆਂ ਵਾਲੇ ਆ ਪੁੱਤਰਾਂ ਦਾ ਲਾੜ ਕਿਵੇਂ ਮੈਂ ਲੜਾਉਣਾ ਸੀ ਹਾਉ ਵਾਸ ਆਈ ਗੋਇੰਗ ਟੂ ਬੀ ਏਬਲ ਟੂ ਲੁੱਕ ਆਫਟਰ ਮਾਈ ਕਿਡਸ ਇਫ ਯੂ ਡਿਡਨਟ ਸੈਕਰੀਫਾਈਸ ਯੂਰ ਫੂਡ ਜੇ ਆਪਣਾ ਬਾਬਾ ਜੀ ਇਤਨਾ ਵਾਰਿਆ ਹੁੰਦਾ ਜੇ ਆਪਣਾ ਬਾਬਾ ਜੁਝਾਰ ਨਾ ਵਾਰਿਆ ਹੁੰਦਾ ਜੇ ਆਪਣਾ ਬਾਬਾ ਜ਼ੋਰਾਵਾਰ ਨਾ ਵਾਰਿਆ ਹੁੰਦਾ ਜੇ ਆਪਣਾ ਬਾਬਾ ਫਤਿਹ ਸਿੰਘ ਨਾ ਵਾਰਿਆ ਹੁੰਦਾ ਫਿਰ ਕਿੱਥੋਂ ਆਨੰਦ ਹੁੰਦਾ ਸੀ ਲਾੜ ਲੜਾਉਂਦੀ ਆ ਕਦੇ ਸੋਚਿਆ ਮਾਤਾ ਕਿ ਧੰਨ ਵਾਜਾਂ ਵਾਲੇ ਆ ਦੇਖੋ ਜਿਗਰਾ ਫਿਰ ਵਾਜਾਂ ਵਾਲੇ ਦਾ ਸਾਰਾ ਖੁਸ਼ੀ ਵਾਰਤਾ ਸਾਡੇ ਵਾਸਤੇ ਸਰਸਾ ਵਿੱਚ ਸਾਰਾ ਖਜ਼ਾਨਾ ਹੀ ਵਾਰਤਾ ਤੂੰ ਜਿੰਨਾ ਮਰਜ਼ੀ ਰਾਸ਼ਨ ਖਰੀਦ ਜਿੰਨੇ ਮਰਜ਼ੀ ਵਧੀਆ ਤੋਂ ਵਧੀਆ ਕੱਪੜੇ ਪਾ ਕਿਉਂ ਬਿਕੋਜ਼ ਆਫ ਗੁਰੂ ਗੋਬਿੰਦ ਸਿੰਘ ਸਭ ਕਲਗੀ ਧਰਤੀ ਦੇਣ ਆ ਅਨ ਵੇਖੋ ਬਾਬਾ ਦੀਪ ਸਿੰਘ ਦਾ ਪਿਆਰ ਮੈਂ ਗੱਲ ਕਰਨੀ ਚਾਹੁੰਦਾ ਗੁਰਸਿੱਖ ਗੁਰੂ ਨਾਲ ਕਿੰਨਾ ਪਿਆਰ ਕਰਦਾ ਗੁਰਸਿੱਖ ਲਵਸ ਇਸ ਗੁਰੂ ਸੋ ਮਚ ਬਾਬਾ ਦੀਪ ਸਿੰਘ ਬਰਤਨ ਮਾਂਜ ਰਹੇ ਸੀ ਅੱਜ ਦੇ ਉਹ ਵਾਸ਼ਿੰਗ ਦਾ ਵੈਸਲ ਦਾ ਬਾਉਲ ਸਰਵੋ ਦਾ ਭਾਂਡਾ ਰੇਤੇ ਨਾਲ ਮਾਂਜਦੇ ਹੋਏ ਬਾਬਾ ਦੀਪ ਸਿੰਘ ਦੇ ਮਨ ਵਿੱਚ ਖਿਆਲ ਆਇਆ ਫੁਰਨਾ ਆਇਆ ਕਿ ਜਦੋਂ ਗੁਰੂ ਖੁਸ਼ ਹੁੰਦਾ ਉਹ ਸਿੱਖ ਨੂੰ ਕੀ ਦਿੰਦਾ ਵੈਨ ਗੁਰੂ ਇਸ ਹੈਪੀ ਵਿਦ ਹਿਸ ਗੁਰਸਿੱਖ ਉਹ ਗੁਰਸਿੱਖ ਨੂੰ ਕੀ ਮਿਲਦਾ ਜੇ ਗੁਰੂ ਖੁਸ਼ ਹੋ ਜਾਵੇ ਆਪਾਂ ਕਦੇ ਸੋਚੀ ਗੱਲ
ਆਪਾਂ ਕਦੇ ਸੋਚੀ ਜੇ ਗੁਰੂ ਖੁਸ਼ ਹੋ ਜੇ ਗੁਰਸਿੱਖ ਨੂੰ ਕੀ ਮਿਲਦਾ ਵਾਟ ਇਜ਼ ਅ ਗੁਰਸਿੱਖ ਰਿਸੀਵ ਵਨ ਆਰ ਗੁਰੂ ਇਜ਼ ਹੈਪੀ ਬਾਬਾ ਦੀਪ ਸਿੰਘ ਸੋਚੀ ਜਾ ਰਹੇ ਨੇ ਬਰਤਨ ਮਾਂਜਦੇ ਹੋਏ ਉਹਨੇ ਇੱਕ ਚਿਰ ਕਲਗੀਧਰ ਮਹਾਰਾਜ ਆਪਣੇ ਮਹਿਲਾਂ ਚੋਂ ਬਾਹਰ ਆਏ ਮਹਿਲਾਂ ਚੋਂ ਜਦੋਂ ਬਾਹਰ ਆਏ ਪਿੱਛੇ ਖਲੋ ਕੇ ਜਾ ਕੇ ਮਹਾਰਾਜ ਬਾਬਾ ਦੀਪ ਸਿੰਘ ਜੀ ਦੇ ਪਿੱਛੇ ਖੜ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਬਾ ਜੀ ਬਰਤਨ ਮਾਂਜੀ ਜਾ ਰਹੇ ਨੇ ਮਹਾਰਾਜ ਪਿੱਛੇ ਖਲੋਤੇ ਨੇ ਪਤਾ ਨਹੀਂ ਕਿ ਮਹਾਰਾਜ ਪਿੱਛੇ ਖੜੇ ਨੇ ਜਦੋਂ ਬਰਤਨ ਮਾਂਜਿਆ ਜਦੋਂ ਵੇਖਿਆ ਵਿੱਚੋਂ ਦ ਰਿਫਲੈਕਸ਼ਨ ਥਰੂ ਦਾ ਬਾਉ ਵੈਨ ਹੀ ਸੋ ਥਰੂ ਇਟ ਕਲਗੀਧਰ ਮਹਾਰਾਜ ਦਾ ਚਿਹਰਾ ਦਿਸ ਪਿਆ ਜਿਹੜਾ ਅਲਾਹੀ ਨੂਰ ਸੀ ਗਦਗਦ ਕਰਦਾ ਚਿਹਰਾ ਵਾਜਾਂ ਵਾਲੇ ਦਾ ਜਦੋਂ ਵੇਖਿਆ ਘਬਰਾ ਗਏ ਇੱਕਦਮ ਮਿਸਟਰ ਆਫ ਇਨਸ਼ਕ ਨਮਸਕਾਰ ਕੀਤੀ ਮਹਾਰਾਜ ਤੁਸੀਂ ਦੱਸੋ ਸਾਡੇ ਲਈ ਕੋਈ ਸੇਵਾ ਮਹਾਰਾਜ ਕਹਿਣ ਲੱਗੇ ਦੀਪ ਸਿੰਘ ਆ ਇਹ ਕੰਮ ਨਾ ਕਰਿਆ ਕਰ ਤੂੰ ਬੜੇ ਸਿੰਘ ਨੇ ਬੜੇ ਸੇਵਾਦਾਰ ਨੇ ਤੂੰ ਇਹ ਨਾ ਕੰਮ ਕਰ ਮਹਾਰਾਜ ਕਿਉਂ ਨਾ ਕਰਾਂ ਜੇ ਮਹਾਰਾਜ ਸਾਨੂੰ ਕਹਿਣ ਆ ਕੇ ਇਹ ਕਿ ਬਰਤਨਾ ਮਾਂਜ ਧੰਨਵਾਦ ਮਹਾਰਾਜ ਚਲੋ ਠੀਕ ਹੈ ਹੁਣ ਛੁਟਕਾਰਾ ਤਾਂ ਹੋਇਆ ਸਾਡਾ ਇਹ ਹਾਲ ਕੋਈ ਬਹਾਨਾ ਮਿਲ ਜੇ ਸੇਵਾ ਨਾ ਕਰਨੀ ਪਵੇ ਆਖੋ ਸਤਨਾਮ ਮਿਲੋ ਕੋ ਸੇ ਮੈਨੀ ਐਕਸਕਿਊਜ਼ਸ ਪਰ ਉਹੀ ਨਹੀਂ ਕੁਰਬਾਨੀਆਂ ਦੇ ਗਏ ਬਾਬਾ ਦੀਪ ਸਿੰਘ ਕਿਉਂ ਪਿਆਰ ਸੀ ਗੁਰੂ ਨਾਲ ਜਿਨ ਪ੍ਰੇਮ ਕਿਉ ਤੇਨੇ ਹੀ ਪ੍ਰਭ ਮਹਾਰਾਜ ਇੱਕ ਸਵਾਲ ਬਾਬਾ ਦੀਪ ਸਿੰਘ ਕਹਿਣ ਲੱਗੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਹੈਵ ਵਨ ਕੁਐਸਚਨ ਮਹਾਰਾਜ ਕਹਿਣ ਲੱਗੇ ਸਮਝ ਗਿਆ ਅੰਤਰ ਜਾਮੀ ਹੈ ਗੁਰੂ ਪੁੱਛਣਾ ਇਹ ਆ ਕਿ ਜੇ ਗੁਰੂ ਖੁਸ਼ ਹੋ ਜੇ ਗੁਰਸਿੱਖ ਨੂੰ ਕੀ ਬਖਸ਼ਦਾ ਵੈਨ ਆ ਗੁਰੂ ਇਜ਼ ਹੈਪੀ ਵਾਟ ਇਜ਼ ਹੀ ਬਲੈਸ ਅ ਗੁਰਸਿੱਖ ਵਾਟ ਗਿਫਟਸ ਡਸ ਹੀ ਗਿਵ ਹਿਮ ਵਾਟ ਬਖਸ਼ਿਸ਼ ਡਸ ਹੀ ਡੂ ਔਨ ਹਿਮ ਉਸ ਵੇਲੇ ਮਹਾਰਾਜ ਕਹਿਣ ਲੱਗੇ ਦੀਪ ਸਿੰਘ ਆ ਪਹਿਲੇ ਨੰਬਰ ਤੇ ਆ ਨੋਟ ਕਰ ਲਿਓ ਗੁਰਮੁਖੋ ਤਿੰਨ ਬਖਸ਼ਿਸ਼ਾਂ ਨੇ ਆ ਪਹਿਲੇ ਨੰਬਰ ਤੇ ਜਿਵੇਂ ਆਪਾਂ ਬਾਣੀ ਦੀ ਪੰਕਤੀ ਨਹੀਂ ਪੜ੍ਹੀ ਕਲਗੀਧਰ ਮਹਾਰਾਜ ਕਹਿਣ ਲੱਗੇ ਦੀਪ ਸਿੰਘ ਆ ਜਿਹਦੇ ਨਾਲ ਮੈਂ ਖੁਸ਼ ਹੋਵਾਂ ਉਹਨੂੰ ਮੈਂ ਨਾ ਉਹ ਤੋਂ ਨਾਮ ਜਪਾਉਂਦਾ ਨੰਬਰ 1 ਤੇ ਜਿਹਦੇ ਨਾਲ ਮੈਂ ਖੁਸ਼ ਹੋਵਾਂ ਉਹ ਤੋਂ ਮੈਂ ਸਿਮਰਨ ਕਰਾਉਂਦਾ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਗੱਜ ਕੇ ਬੋਲੋ ਸੰਗਤ ਜਿਸ ਨੂੰ ਸੋ ਜਸ ਤੇਰਾ ਉਹ ਤੋਂ ਫਿਰ ਮੈਂ ਨਾਮ ਜਪਾਉਂਦਾ ਅੱਛਾ ਮਹਾਰਾਜ ਇੱਕ ਨੰਬਰ ਤੁਸੀਂ ਕਹਿ ਰਹੇ ਸੀ ਤਿੰਨ ਬੇਨਤੀਆਂ ਤਿੰਨ ਹੁਕਮ ਨੇ ਤਿੰਨ ਦਾਤਾਂ ਨੇ ਜਿਹੜੀਆਂ ਮੈਂ ਬਖਸ਼ਦਾ ਨਿਵਾਜਦਾ ਆਪਣੀ ਗੁਰਸਿੱਖ ਨੂੰ ਸੋ ਦ ਫਰਸਟ ਵਨ ਇਜ਼ ਦੈਟ ਸਟਾਰਟਸ ਬੀਇੰਗ ਸਿਮਰਨ ਦ ਸੈਕੰਡ ਕਲਗੀਧਰ ਮਹਾਰਾਜ ਕਹਿਣ ਲੱਗੇ ਦੀਪ ਸਿੰਘ ਦੂਜੇ ਨੰਬਰ ਤੇ ਫਿਰ ਮੈਂ ਕੁਛ ਪਿੱਛੇ ਨਹੀਂ ਰੱਖਦਾ ਪਹਿਲੇ ਨੰਬਰ ਤੇ ਨਾਮ ਜਪਾਉਂਦਾ ਦੂਜੇ ਨੰਬਰ ਤੇ ਜਦੋਂ ਸਿਮਰਨ ਕਰਨ ਲੱਗਦਾ ਗੁਰਸਿੱਖ ਉਹਦੀ ਫਿਰ ਦੁਨੀਆ ਵਿੱਚ ਸੋਭਾ ਵੀ ਹੋ ਲੱਗਦਾ ਫਿਰ ਮੈਂ ਇਹ ਨਹੀਂ ਵੇਖਦਾ ਕਿ ਮੇਰੇ ਗੁਰਸਿੱਖ ਦੀ ਸੋਭਾ ਹੋ ਰਹੀ ਗੁਰਮੁਖੋ ਵੇਖੋ ਹੈਵ ਯੂ ਬੀਨ ਟੂ ਅੰਮ੍ਰਿਤਸਰ ਗਏ ਆ ਸੰਗਤ ਵਿੱਚ ਬੈਠੇ ਹੋਗੇ ਹਰਿਮੰਦਰ ਸਾਹਿਬ ਗਏ ਇੱਕ ਪਾਸੇ ਆ ਵੇਖੋ ਗੁਰੂ ਦੀ ਕਲਾ ਗੁਰੂ ਦੀ ਕਿਰਪਾ ਗੁਰਸਿੱਖ ਤੇ ਇੱਕ ਪਾਸੇ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਸੰਗਤ ਕਰਦੀ ਹੈ ਵੇਖਿਆ ਹੋਊਗਾ ਪ੍ਰਕਾਰਮਾ ਸੰਗਤ ਕਰੂਗੀ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਸਿਮਰਨ ਕਰਦੇ ਕਰਦੇ ਪ੍ਰਕਾਰਮਾ ਕਰੂਗੀ ਸੰਗਤ ਪਰ ਚਲ ਜਾਓ ਫਿਰ ਸ਼ਹੀਦਾਂ ਦੇ ਜਾ ਕੇ ਵੇਖੋ ਬਾਬਾ ਦੀਪ ਸਿੰਘ ਜੀ ਦੀ ਜਗ੍ਹਾ ਤੇ ਇੱਕ ਪਾਸੇ ਗੁਰੂ ਦੀ ਸੋਭਾ ਹੋ ਰਹੀ ਆ ਇੱਕ ਪਾਸੇ ਧੰਨ ਬਾਬਾ ਦੀਪ ਸਿੰਘ ਧੰਨ ਬਾਬਾ ਦੀਪ ਸਿੰਘ ਧੰਨ ਬਾਬਾ ਦੀਪ ਸਿੰਘ ਵੇਖੋ ਕਿੰਨਾ ਪਿਆਰ ਗੁਰੂ ਨੇ ਕੀਤਾ ਉਹ ਸਿੱਖਾ ਤੂੰ ਇੱਕ ਕਦਮ ਤਾਂ ਚੁੱਕ ਕੇ ਵੇਖ ਚਰਨ ਸ਼ਰਨ ਗੁਰ ਇੱਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਅੱਗੇ ਕੋਈ ਲੇਤ ਇੰਨੀ ਸੋਭਾ ਕਰਾਉਂਦੇ ਆ ਕਿ ਆਪਾਂ ਕੁਛ ਲੁਕਾਉਂਦੇ ਨਹੀਂ ਫਿਰ ਦੀਪ ਸਿੰਘ ਦੇਖ ਲਓ ਫਿਰ ਅੱਜ ਦੁਨੀਆ ਪੂਜਦੀ ਆ ਐਤਵਾਰ ਵਾਲੇ ਦਿਨ ਚਪੈਰਾ ਹੁੰਦਾ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਸੁਖਮਣੀ ਸਾਹਿਬ ਦਾ ਪਾਠ ਜਪਜੀ ਸਾਹਿਬ ਦਾ ਪਾਠ ਸੰਗਤ ਵਿੱਚ ਬਹਿੰਦੀ ਆ ਚਪੈਰਾ ਕੱਟਦੀ ਆ ਉਹ ਗੁਰਮੁਖੋ ਜਾ ਕੇ ਵੇਖੋ ਜੇ ਹਰਿਮੰਦਰ ਸਾਹਿਬ ਤਿਲ ਸਿੱਟਣ ਨੂੰ ਥਾਂ ਨਹੀਂ ਹੈ ਉਹ ਸ਼ਹੀਦਾਂ ਦੇ ਵੀ ਤਿਲ ਸਿੱਟਣ ਨੂੰ ਥਾਂ ਇੰਨੀ ਬਖਸ਼ਿਸ਼ ਹੈ ਨਾਮ ਜਪਣ ਵਾਲੇ ਤਾਂ ਬਣੋ ਆਪਾਂ ਪੜ੍ਹਦੇ ਆ ਅੱਜ ਵੀ ਪੜ੍ਹੀ ਹੈ ਹਰ ਮਨ ਤਨ ਵਸਿਆ ਸੋ
Watch the roof, 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 watch the roof
तेरी वड़े आई।